वाहिगुरु जी का खालसा, वाहिगुरु जी की फतेह। सत श्री अकाल, राम राम, नमस्कार। स्वागत है जी अपने यूट्यूब चैनल मान डेयरी फार्म ते। ते भाई जी, अज आपां गल करांगे शैड बारे, जिहड़ा कि आपां पशुआं वास्ते बनाउणे। जिवें ज़्यादा पशुआं 10-8-10 पशु हो जाए तां अपनी सोच हो जाती भी आपां यार इहनूं आरामदारी नाल कम हो जाए, शैड हो जाए, छावें धुप्पे छावें ना करनियां पैण, ते बणे वी वातानुकूलित भी किहड़े हिसाब नाल वातानुकूलित बनाई गए शैड। तो बई जी, आपां जिहड़ा शैड बनाया, जिहड़ा आपां बनाया उहदे बारे गल करांगे, जिहड़ा कोई दूसरा बनाया उहदी नहीं गल करांगे। जिहड़ा आपां बनाया, अपनी सोच सीगी भी पशुआं नूं आपां आह शैड बनाउणा। इह शैड बनाया बई जी आपां कान्हां दा, सकाने भी कह दिंदे आ, कान्हे भी कह दिंदे आ, जिहड़े कि नहरां ते आम ही आपां नूं मिल जांदे, जिहड़ियां पुराणियां कच्चियां नहरां पक्कियां ते भी मिल जांदे, कच्चियां ते भी मिल जांदे आ। इह कान्हां दा बनाया, बांस वरते हुए है, ਅਤੇ ਲੋਹਾ ਜਿਹੜਾ ਆਪਾਂ ਪੁਆੜ 'ਚੋਂ ਲਿਆ ਕੇ ਵਰਤਿਆ ਹੋਇਆ, ਜਿਹੜੀਆਂ ਪਾਈਪਾਂ 3-3 ਇੰਚੀਆਂ, 2.5 ਇੰਚੀ, 3 ਇੰਚੀ ਪਾਈਪਾਂ ਯੂਜ ਕਰੀਆਂ ਹੋਈਆਂ ਵਿੱਚ। ਅਤੇ ਇਹ ਪ੍ਰੋਪਰ ਆਪਾਂ ਸਾਰੀ ਡਿਟੇਲ ਦੱਸਾਂਗੇ, ਕਿੱਥੋਂ ਕੀ ਕਰਿਆ ਅਤੇ ਕਿੱਥੋਂ ਕਿਵੇਂ ਸਟਾਰਟ ਕਰਿਆ। ਸ਼ੁਰੂਆਤ ਕਰਾਂਗੇ ਆਪਾਂ, ਪਹਿਲਾਂ ਆਪਾਂ ਬਣਾਈ ਸੀ ਆ ਖੁਰਮੀ, ਜਿਹੜੀ ਕਿ ਆਪਾਂ ਫਾਰਮ ਤੋਂ ਵੇਖ ਕੇ ਬਣਾਈ ਸੀਗੀ। ਇਹ ਬਾਈ ਜੀ ਆਪਾਂ ਖੁਰਮੀ ਦੀ ਲੰਬਾਈ ਸ਼ੁਰੂ ਪਹਿਲਾਂ ਰੱਖੀ ਸੀ 30x11, 11-12 ਫੁੱਟ ਵਿਚਾਲੇ ਚੌੜਾਈ ਹੈ, ਜਿੱਥੇ ਆਪਣਾ ਸਮਾਨ ਪਿਆ। ਆ ਮਿਸਤਰੀ ਮਤਲਬ ਹਜੇ ਚੱਲਦਾ ਸੀਗਾ ਕੰਮ, ਦੁਬਾਰਾ ਹੋਰ ਵਧਾਈਏ ਤਾਂ ਸੀਮੈਂਟ ਦੇ ਗੱਟੇ ਉਵੇਂ ਪਏ, ਵਿੱਚ ਫੀਡ ਰੱਖਿਆ ਜਾਂਦਾ, ਤੂੜੀ ਰੱਖੀ ਜਾਂਦੀ ਹੈ, ਪੱਠੇ ਲਾਏ ਜਾਂਦੇ, ਸਾਈਲੇਜ ਰੱਖਿਆ ਜਾਂਦਾ, ਜੇ ਕੋਈ ਪਾਊਡਰ ਸ਼ੂਡਰ ਹੈ ਤਾਂ ਉਹ ਰੱਖਿਆ ਜਾਂਦਾ। ਇਹਦਾ ਇਹ ਫਾਇਦਾ ਹੈ ਵੀ ਪਸ਼ੂ ਪੱਠੇ ਲਾਉਣੇ ਸੌਖੇ ਹੋ ਜਾਂਦੇ ਆ। ਇਹਦੀ ਚੜਾਈ ਹੈ ਜਿਹੜੀ ਵਿਚਲੀ ਵਿਚਲੀ ਚੜਾਈ ਹੈ, 11.5-12 ਫੁੱਟ ਚੜਾਈ ਬਣਾਈ ਗਈ ਹੈ, ਅਤੇ 1.5 ਫੁੱਟ ਇਹਦੀ ਖੁਰਨੀ ਦੀ ਇੱਥੋਂ ਮਤਲਬ ਜਿਹੜਾ ਸਾਈਜ਼ ਦਿੱਤਾ ਹੋਇਆ ਜਿੱਥੇ ਪਸ਼ੂਆਂ ਨੂੰ ਪੱਠੇ ਪੈਣੇ ਆ, ਹੈ ਨਾ, 1.5 ਫੁੱਟ ਹੈ, 1.5 ਉੱਧਰ ਹੈ, ਅਤੇ ਜਿਹੜੀ ਉੱਚਾਈ ਹੈ ਬਸ ਉੱਚਾਈ ਲਗਭਗ 1.5-2 ਫੁੱਟ ਉੱਚਾਈ ਹੈ, ਜਿੱਥੇ ਪਸ਼ੂ ਤੋਂ ਥੱਲੇ ਤੋਂ ਲੈ ਕੇ ਵੀ ਜ਼ਿਆਦਾ ਉੱਚਾਈ ਨਾਲ ਨਹੀਂ ਕੁਛ ਹੁੰਦਾ ਗਾ, ਵੀ ਹਿਸਾਬ ਸਿਰ ਦੀ ਉੱਚਾਈ ਹੈ। ਅਤੇ ਜਿਹੜਾ ਇਹ ਗੈਪ ਹੈ ਪੈਪ ਟੂ ਪੈਪ ਦਾ ਗੈਪ 11 ਇੰਚ, ਜ਼ਿਆਦਾ ਖੁੱਲ੍ਹਾ ਹੋ ਜਾਏ ਤਾਂ ਪਸ਼ੂ ਫਿਰ ਇੱਥੋਂ ਐਂ ਪੂਰਾ ਧੱਕਾ ਮਾਰਦਾ ਅਤੇ ਹਿਲਾ ਦਿੰਦਾ, ਆਪਣੇ ਇੱਕ ਵਾਰੀ ਸਾਰੇ ਹਿੱਲ ਗਏ, ਜਗਾੜ ਹੋਣਾ ਹਾ ਵੈਲਡ ਕਰੇ ਦੇ ਨਾਲ। ਅਤੇ ਇਹ ਹੋ ਗਈ ਖੁਰਨੀ ਆਪਣੀ, ਅਤੇ ਜਿਹੜੀ ਇਹਦੀ ਉੱਚਾਈ ਹੈ ਮਤਲਬ ਇਸ ਇਸ ਜਗ੍ਹਾ ਤੋਂ ਇਹਦੀ ਉੱਚਾਈ ਹੈ 3-3.5 ਫੁੱਟ ਦੇ ਵਿੱਚ ਵਿੱਚ, ਮਤਲਬ ਪੈਪ ਦੀ, ਤਾਂ ਕਿ ਪਸ਼ੂ ਦੀ ਤਾਂ ਵੀ ਧੋਣ ਨਾ ਲੱਗੇ ਅਤੇ ਵਧੀਆ ਆਰਾਮਦਾਰੀ ਨਾਲ ਪਸ਼ੂ ਪੱਠੇ ਖਾ ਲੈਂਦਾ। ਅਤੇ ਜੋ ਦੂਜੀ ਹੁਣ ਆਪਾਂ ਕਰਾਂਗੇ ਸ਼ੈੱਡ ਦੀ, ਜਿਹੜੀ ਉੱਚਾਈ ਹੈ, ਜਿਹੜੀ ਸ਼ੈੱਡ ਦੀ ਉੱਚਾਈ ਹੈ, ਜਿਹੜਾ ਕੋਨੇ ਲਾਸਟ ਇਸ ਕੋਨੇ ਤੋਂ ਮੰਨਿਆ ਜਾਵੇ ਤਾਂ ਇਹ ਸ਼ੈੱਡ ਦੀ ਉੱਚਾਈ ਹੈਗੀ ਹੈ 1.5-9 ਫੁੱਟ, ਅਤੇ ਜਿਹੜੀ ਇਹ ਸੈਂਟਰ ਹੈ ਇਹਦੇ ਫੁੱਟ ਦਾ ਫਰਕ ਹੈ, ਇਹ ਢਲਾਨ ਦਿੱਤੀ ਵੀ ਉੱਤੇ ਇਹਦੀ 10.5 ਫੁੱਟ ਹੈ, ਮਤਲਬ ਸੈਂਟਰ 10.5 ਫੁੱਟ ਅਤੇ ਉੱਧਰ 9.5 ਫੁੱਟ, ਪੈਪ ਟੂ ਪੈਪ 10 ਫੁੱਟ ਵੱਡੀ, ਇਸ ਪੈਪ ਤੋਂ ਲੈ ਕੇ ਇਸ ਫੁੱਟ 10-10x ਦੇ ਮਤਲਬ ਖਾਨੇ ਬਣਾਏ ਹੋਏ। ਜੇ ਆਪਾਂ ਇਹਨੂੰ ਘਟਾਉਣਾ ਵੀ ਹੋਵੇ, ਵੀ ਲਵਾਈ ਕਰਨੀ ਹੋਵੇ, ਤਾਂ ਫਿਰ ਆਪਾਂ ਇੱਥੇ ਕੈਂਚੀ ਪਾ ਸਕਦੇ ਹਾਂ, ਹੈ ਨਾ, ਕੈਂਚੀ ਤਾਂ ਮਤਲਬ ਉਨਾ ਹੀ ਇਹ ਚਲੋ ਮਜ਼ਬੂਤੀ ਵਾਸਤੇ ਅਸੀਂ ਨੇੜੇ ਕਰਿਆ ਸੀ, ਵੀ ਨੇੜੀਆਂ ਨੂੜੀਆਂ ਬਹੁਤ ਆਉਂਦੀਆਂ ਅਤੇ ਕੋਈ ਦਿੱਕਤ ਨਾ ਆਵੇ, ਇੰਨਾ ਆਪਣਾ ਮਾਲ ਖੜਾ ਹੁੰਦਾ ਥੱਲੇ, ਪਸ਼ੂਆਂ ਦਾ ਨੁਕਸਾਨ, ਕਿਸੇ ਬੰਦੇ ਦੇ ਵੀ ਹੋਰ ਦਿੱਕਤ ਆ ਜਾਏ, ਹਨੇਰੀ ਨੂਰੀ 'ਚ ਬੰਦਾ ਇੱਥੇ ਕੰਮ ਕਰਦਾ ਤਾਂ ਪੱਟਿਆ ਪੁੱਟਿਆ ਨਾ ਜਾਵੇ। ਇਹ ਵੀ ਜਿਹੜੀ ਮਜ਼ਬੂਤੀ ਇਹ ਕਰੀ ਵੀ ਹੈ ਵੀ ਥੱਲੇ ਪੂਰਾ ਮਤਲਬ ਸਰੀਏ ਦਾ ਕੰਡੀਸ਼ਨ ਬਣਾ ਕੇ ਅਤੇ 2.5-3 ਫੁੱਟ ਥੱਲੇ ਪੈਪ ਦੱਬੀ ਹੋਈ ਹੈ, ਤਾਂ ਕਿ ਝੱਖੜ ਝੁੱਖੜ 'ਚ ਇਹ ਕੋਈ ਭੋਰਾ ਵੀ ਇੰਚ ਵੀ ਨਾ ਥੱਲੇ ਇੱਧਰ ਉੱਧਰ ਨਾ ਹੋਵੇ, ਬਹੁਤ ਮਜ਼ਬੂਤੀ ਨਾਲ ਕਰਿਆ ਹੋਇਆ ਇਹ, ਸੀਮੈਂਟ ਗਰੈਟ ਦਾ ਮਾਲ ਪਾ ਕੇ ਮਤਲਬ ਪੂਰਾ ਇੰਨਾ ਚੌੜਾ ਬਣਾਇਆ ਹੋਇਆ ਥੱਲੇ, ਸਾਰਿਆਂ ਨੇ ਐਂ ਬਣਾਇਆ ਹੋਇਆ, ਬਹੁਤ ਹੀ ਸਫਾਈ ਨਾਲ ਕਰਿਆ ਹੋਇਆ ਕੰਮ ਹੈ ਇਹ। ਉਸ ਤੋਂ ਬਾਅਦ ਜਿਹੜਾ ਬਾਂਸ ਲੈ ਕੇ ਆਉਂਦੇ ਆਪਾਂ, ਬਾਂਸ ਇੱਥੇ ਲੋਹਾ ਵੀ ਯੂਜ ਕਰ ਸਕਦੇ ਹਾਂ ਆਪਾਂ, ਅਤੇ ਪਰ ਇਹ ਆਪਾਂ ਬਾਂਸ ਯੂਜ ਕਰਿਆ, ਥੋੜ੍ਹਾ ਜਿਹਾ ਸਸਤੇ ਪੈਂਦੇ ਆ ਲੋਹੇ ਨਾਲੋਂ, ਅਤੇ ਇੱਕ ਮਜ਼ਬੂਤੀ ਵੀ ਜ਼ਿਆਦਾ ਬਣਦੀ ਹੈ, ਕਿਉਂ ਇਹਨਾਂ ਨੇ ਛਾਵੇਂ ਰਹਿਣਾ, ਇਹਨਾਂ ਨੇ ਕਿਹੜਾ ਗਲਣਾ, ਬਾਕੀ ਕੋਈ ਸਿਉਂਕ ਦੀ ਦਿੱਕਤ ਨਹੀਂ ਗੀ, ਅਤੇ ਲੋਹੇ ਨੂੰ ਤਾਂ ਜੰਗਾਲ ਦਾ ਵੀ ਖਤਰਾ ਰਹਿੰਦਾ। ਅਤੇ ਇਹ ਆਪਣੇ ਉਦੋਂ ਉੱਤੇ ਪਾਏ ਹੋਏ ਕਾਨੇ, ਜੋ ਕਿ ਆਪਾਂ ਨਹਿਰਾਂ ਤੋਂ ਵੱਢ ਕੇ ਲਿਆਉਂਦੇ ਸੀਗੇ, ਅਤੇ ਉਦੋਂ ਉੱਤੇ ਪਾਤੀਆਂ ਟੀਨਾਂ, 1 ਸਾਲ ਤਾਂ ਕਾਨੇ ਰਹੇ ਆ, ਉਦੋਂ ਅਗਲੇ ਗੇੜੇ ਪਾਤੀਆਂ ਟੀਨਾਂ, ਪੱਥਰ ਵਾਲੀਆਂ ਟੀਨਾਂ ਆਪਾਂ ਨੂੰ ਸੈਕਿੰਡ ਹੈਂਡ ਮਿਲ ਗਈਆਂ ਸੀਗੀਆਂ। ਅਤੇ ਹੁਣ ਆਪਾਂ ਜੇ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਲਗਭਗ ਆਪਣਾ ਇਸ 'ਤੇ ਜਿਹੜਾ ਪਹਿਲਾਂ ਬਣਾਇਆ ਸੀਗਾ 30x50 ਦਾ ਸ਼ੈੱਡ, ਅਤੇ ਖੁਰਨੀ 30x50 ਦੇ ਸ਼ੈੱਡ 'ਤੇ ਟੋਟਲ 1 ਲੱਖ ਰੁਪਇਆ ਖਰਚਾ ਆਇਆ ਸੀ ਆਪਾਂ ਨੂੰ, ਲਗਭਗ ਲੱਖ, ਕੋਈ 5-10 ਹਜ਼ਾਰ ਇੱਧਰ ਉੱਧਰ ਸੀਗਾ, 1 ਲੱਖ ਰੁਪਇਆ ਖਰਚਾ ਆਇਆ ਸੀ, 35-40 ਹਜ਼ਾਰ ਰੁਪਇਆ ਆਪਣੀ ਖੁਰਨੀ 'ਤੇ ਲੱਗ ਗਿਆ ਸੀਗਾ, ਜਿਹੜੀ ਆਪਾਂ ਪਹਿਲਾਂ ਖੁਰਨੀ, ਯਾਨੀ ਕਿ 1.5 ਲੱਖ ਰੁਪਇਆ ਮੰਨੀਏ ਤਾਂ ਆਪਾਂ, 1 35-40 ਦੇ ਵਿੱਚ ਮੰਨੀਏ ਤਾਂ 1,35,000
ਰੁਪਈਆ ਆਪਣਾ ਮਤਲਬ ਸ਼ੈੱਡ ਅਤੇ ਖੁਰਨੀ 'ਤੇ ਲੱਗਿਆ ਸੀਗਾ, ਜਿਹਦੇ ਵਿੱਚ ਆਪਾਂ ਪਸ਼ੂ 8-7-8 ਪਸ਼ੂ ਉੱਧਰ ਵਧੀਆ ਖੁੱਲ੍ਹੇ ਆਰਾਮ ਦੇ ਨਾਲ, 7-8 ਪਸ਼ੂ ਇੱਧਰ, ਮਤਲਬ 15 ਪਸ਼ੂਆਂ ਦਾ ਬਹੁਤ ਹੀ ਵਧੀਆ ਸਿਸਟਮ, ਜਿਹਦੇ ਨਾਲ ਆਪਾਂ ਖੁੱਲ੍ਹਣਾ ਜਿਹੜੀ ਬੰਦ ਖੁੱਲ੍ਹਾ ਖੁਲਾਈ ਬੰਦ ਇੱਕ ਵਾਰੀ ਬਸ ਘੰਟਾ ਕੁ ਬੰਨਦੇ ਹਾਂ, ਘੰਟਾ ਸਵੇਰੇ ਘੰਟਾ ਸ਼ਾਮ ਨੂੰ 2 ਘੰਟੇ, 22 ਘੰਟੇ ਪਸ਼ੂ ਆਪਦੀ ਮਰਜ਼ੀ ਦਾ ਖਾਂਦੇ ਆ, ਆਪਦੀ ਮਰਜ਼ੀ ਦਾ ਪੀਂਦੇ ਆ। ਆਪਾਂ ਪਾਣੀ ਵੀ ਨਹੀਂ, ਮਤਲਬ ਆਪਣਾ ਡਰੰਮ ਭਰ ਦੇਣੇ ਹਾਂ ਅਤੇ ਬਸ ਚੱਲੀ। ਆਉਣ ਵਾਲੇ ਟਾਈਮ 'ਚ ਇਹ ਵੀ ਵਧੀਆ ਸੋਹਣਾ ਤਰੀਕੇ ਨਾਲ ਕਰਾਂਗੇ ਕਿ ਮਤਲਬ ਲੇਬਰ ਦੀ ਬੱਚਤ ਹੋ ਜਾਵੇ ਆਪਾਂ ਨੂੰ। ਜ਼ਿਆਦਾ ਲੇਬਰ ਰੱਖੀਏ ਤਾਂ ਫਿਰ ਉਹ ਆਪਾਂ ਨੂੰ ਮਹਿੰਗਾ ਪੈ ਜਾਂਦਾ, ਅਤੇ ਇਹ ਲੇਬਰ ਦੀ ਖੁੱਲ੍ਹਾ ਜਦੋਂ ਪਸ਼ੂ ਰਹਿੰਦਾ ਤਾਂ ਲੇਬਰ ਦੀ ਆਪਦੀ ਮਿਹਨਤ ਇਹ ਮਤਲਬ ਘੱਟ ਜਾਂਦੀ ਹੈ, ਬੰਦੇ ਨੂੰ ਰੈਸਟ ਮਿਲ ਜਾਂਦਾ ਕੁਛ ਚਿਰ ਦਾ। ਅਤੇ ਬਾਕੀ ਥੱਲੇ ਗੋਹਾ ਵੀ ਜੇ ਆਪਾਂ ਨਾ ਚੱਕੀਏ ਤਾਂ ਜਿਵੇਂ ਫਾਰਮਾਂ 'ਚ ਨਹੀਂ ਵੀ ਚੱਕਦੇ ਗੇ, ਉਹ ਵੀ ਵਿੱਚ ਵਧੀਆ ਮਤਲਬ ਪੋਲਾ ਰਹਿੰਦਾ। ਹਾਂ ਪੱਕਾ, ਮਤਲਬ ਕਰੜਾ ਨਹੀਂ ਹੁੰਦਾ ਗਾ, ਵਧੀਆ ਪੋਲਾ ਰਹਿੰਦਾ। ਅਤੇ ਇਹ ਬਾਈ ਜੀ ਆਪਣਾ ਸ਼ੈੱਡ ਜਿਹੜਾ ਆਪਾਂ ਡਿਜ਼ਾਇਨ ਕਰਿਆ ਸੀਗਾ, ਮਤਲਬ ਵਧੀਆ ਆਪਦੇ ਹਿਸਾਬ ਨਾਲ ਤਾਂ ਆਪਾਂ ਵਧੀਆ ਹੀ ਕਰਿਆ ਗਾ। ਬਾਕੀ ਤੁਸੀਂ ਕਮੈਂਟਾਂ 'ਚ ਦੱਸੋਗੇ ਵੀ ਕਿਵੇਂ ਲੱਗਿਆ। ਬਾਕੀ ਇਹਦੇ ਵਿੱਚ ਗਰਮੀ 'ਚ ਵੇਖਿਆ ਜਾਵੇ ਤਾਂ ਬਹੁਤ ਹੀ ਠੰਡਾ ਰਹਿੰਦਾ ਇਹ, ਮਤਲਬ ਇਹਦੇ ਵਿੱਚ ਹਵਾ ਕਰੋਸ ਹੁੰਦੀ, 4 ਸਫੇਰਾ ਖੁੱਲ੍ਹਾ ਤੁਸੀਂ ਵੇਖੋਗੇ ਤਾਂ ਖੇਤਾਂ ਦੇ ਵਿੱਚ ਹੈਗਾ। ਅਤੇ ਇਹ ਉਮਸ ਨਹੀਂ ਬਣਦੀ ਗੀ, ਇੱਥੇ ਨੋਰਮਲ ਪੱਖੇ ਹੀ ਕੰਮ ਕਰੀ ਜਾਂਦੇ ਹੈ, ਮਤਲਬ ਜ਼ਿਆਦਾ ਕੋਈ ਉਹ ਦਿੱਕਤ ਨਹੀਂ ਆਉਂਦੀ ਗੀ। ਅਤੇ ਹੁਣ ਜੇ ਆਪਾਂ ਸਿਆਲਾਂ 'ਚ ਗੱਲ ਕਰੀਏ ਤਾਂ ਇਹਨੇ ਰਹਿਣਾ ਨਿੱਘਾ, ਯਾਨੀ ਕਿ ਠੰਡਾ ਨਹੀਂ ਹੁੰਦਾ ਬਾਲਾ। ਅਤੇ ਇਹ ਹੈ ਬਾਈ ਜੀ ਆਪਣਾ ਸ਼ੈੱਡ, ਅਤੇ ਜੇ ਬਣਾਓ ਤਾਂ ਇਹ ਸਰਕੰਨਿਆਂ ਦਾ ਸ਼ੈੱਡ ਬਣਾਓ ਤਾਂ ਨਾਲੇ ਤਾਂ ਘੱਟ ਖਰਚਾ, ਅਤੇ ਜਿਹੜੇ ਕਿ ਸਰਕੰਨੇ ਆਪਾਂ ਨੂੰ ਆਮ ਹੀ ਮਿਲ ਜਾਂਦੇ ਨਹਿਰਾਂ ਤੋਂ, ਅਤੇ ਨਾਲੇ ਆਪਣਾ ਬਹੁਤ ਵਧੀਆ ਬਣਦਾ। ਅਤੇ ਬਾਕੀ ਕੀੜੀਆਂ ਵੀ ਰਹਿੰਦੀਆਂ ਇੱਥੇ ਵਧੀਆ ਆਲਣੇ ਬਣਾ ਕੇ, ਅਤੇ ਉਹਨਾਂ ਵਾਸਤੇ ਵੀ ਇਹ ਵਧੀਆ ਚੀਜ਼ ਹੈ, ਵਿਚਾਰੀਆਂ ਜਾਨਵਰਾਂ ਦਾ ਵੀ ਪੁੰਨ ਹੋ ਜਾਂਦਾ, ਬੈਠਣ ਨੂੰ ਜਗ੍ਹਾ ਮਿਲ ਜਾਂਦੀ ਹੈ ਨਾ। ਅਤੇ ਬਾਈ ਜੀ ਇਹ ਆਪਣਾ ਸ਼ੈੱਡ, ਅਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ। ਧੰਨਵਾਦ।